और मेरी बहन कल 3 बजे से गायब थी और यह बस स्टैंड चौकी पे मिली थी। और मैं इन लोगों का बहुत ज़्यादा शुक्रिया अदा करता हूँ। बहुत आपने इसको ढूंढने की कोशिश की थी? कल सर ढूंढा था वहाँ पे, पर इतने बड़े ज़िले में मैं कहाँ पर इसके लिए ढूंढता, ना कोई फ़ोन नंबर, ना कोई इसका आता पता, इसके पास कोई फ़ोन भी नहीं है, कैसे इसका पता करता हूँ मैं सर? आपके पास कितनी देर से रह रही है? आप सर ये मेरे पास 2 ढाई महीने से रह रही है। पुलिस वालों को क्या कहना चाहते हैं? सर मैं तो बहुत ज़्यादा इन लोगों का धन्यवाद और बहुत ज़्यादा शुक्रिया अदा करना चाहता हूँ सर इन लोगों के लिए। 4 बजे ना ਸਾਡੀ ਗਸਤ ਪਾਰਟੀ ਨੂੰ ਹੌਲਦਾਰ ਕਾਕਾ ਸਿੰਘ ਤੇ ਸੁੱਚਾ ਸਿੰਘ ਸੀਗੇ, ਇੱਕ ਮਿੰਟ, ਗੱਲ ਹੋਈ, ਅਸੀਂ ਇਹਨੂੰ ਇੱਥੇ ਚੌਕੀ ਲਿਆਂਦਾ ਤੇ ਇਹ ਦੱਸਣ 'ਚ ਆਪਣਾ ਐਡਰੈਸ ਬਰੇਲੀ ਦਾ ਦੱਸ ਦਿੱਤੀ, ਯੂਪੀ ਦਾ। ਚਲੋ ਅਸੀਂ ਮਿਹਨਤ ਮੁਹਨਤ ਕਰਕੇ ਇਹਦਾ ਮਤਲਬ SHO ਸਾਹਿਬ ਦੇ ਨੋਟਿਸ ਵਿੱਚ ਲਿਆਂਦਾ, ਉਹਦੀ ਮਿਹਨਤ ਕਰਕੇ ਇਹਦਾ ਨੰਬਰ ਟਰੇਸ ਕੀਤਾ, ਫਿਰ ਇਹਦੇ ਭਰਾ ਦਾ ਨੰਬਰ ਮਿਲ ਗਿਆ ਸੀ ਸਾਨੂੰ। ਇਹ 80 ਸੈਕਟਰ ਇੱਥੇ ਚੰਡੀਗੜ੍ਹ ਮੋਹਾਲੀ ਰਹਿੰਦੇ ਨੇ। ਕੀ ਨਾਂ ਦੇ ਭਰਾ ਦਾ ਸਰ? ਇਹਦਾ ਨਾਂ ਹੈਗਾ ਸੰਦੀਪ। ਇਹਨੂੰ ਦਿਖਾਇਆ, ਫੋਟੋ ਫੋਟੋ ਭੇਜੀ ਵਟਸਐਪ 'ਤੇ, ਸਾਰਾ ਕੁਝ ਕੀਤਾ, ਅਤੇ ਫਿਰ ਇਹ ਆਏ। ਇਹਨਾਂ ਨੂੰ ਹੁਣ ਇਹਨਾਂ ਦੇ ਹਵਾਲੇ ਕਰ ਦਿਓ, ਇਹਦੇ ਭਰਾ ਦੇ। ਲੜਕੀ ਦਾ ਕੀ ਨਾਮ ਹੈ? ਲੜਕੀ ਦਾ ਨਾਂ ਹੈਗਾ ਜੋਤੀ। ਕਿੰਨੀ ਉਮਰ? 16 ਸਾਲ ਦੀ ਉਮਰ ਹੈ ਇਹਦੀ।